ਤਾਂ ਇਸ ਕਰਕੇ ਤੁਹਾਡੇ ਘਰਾਂ ਦੇ ਵਿੱਚ ਨਹੀਂ ਆ ਰਹੀ ਹੈ ਬਿਜਲੀ। ਲੱਗ ਰਹੇ ਨੇ ਕਈ ਘੰਟਿਆਂ ਦੇ ਕੱਟ, ਕੰਪਲੇਂਟ ਪਾਉਣ ਦਾ ਵੀ ਨਹੀਂ ਹੋਣਾ ਫਾਇਦਾ। ਤੁਹਾਨੂੰ ਦੱਸਦੇ ਹਾਂ ਕਿ ਲੁਧਿਆਣੇ ਵਾਸੀਆਂ ਦੇ ਲਈ ਇਹ ਖਬਰ ਖਾਸ ਕਿਉਂ ਹੈ, ਕਿਉਂਕਿ ਬਿਜਲੀ ਮੁਲਾਜ਼ਮ ਧਰਨੇ 'ਤੇ ਬੈਠੇ ਹੋਏ ਨੇ। ਧਰਨੇ ਦਾ ਕਾਰਨ ਆਪ ਆਗੂਆਂ ਦੇ ਨਾਲ ਹੋਈ ਕਹਾ ਸੁਣੀ ਅਤੇ ਹੱਥੋਂ ਪਾਈ। ਦੱਸ ਦਈਏ ਕਿ ਇਲੈਕਸ਼ਨ ਤੋਂ ਪਹਿਲਾਂ ਬਿਜਲੀ ਮੁਲਾਜ਼ਮ ਅਤੇ ਆਪ ਵਰਕਰਾਂ ਵਿਚਾਲੇ ਇੱਕ ਵਿਵਾਦ ਹੋਇਆ ਸੀ, ਜਿਸ ਦੀਆਂ CCTV ਤਸਵੀਰਾਂ ਵੀ ਆਈਆਂ। MLA ਨੂੰ ਦਰਖਾਸਤ ਵੀ ਕੀਤੀ ਗਈ ਕਿ ਆਪਣੇ ਜਿਹੜੇ ਵਰਕਰ ਨੇ ਉਹਨਾਂ ਦੇ ਖਿਲਾਫ਼ ਕਾਰਵਾਈ ਕਰਵਾਓ, ਨਹੀਂ ਤਾਂ ਅਸੀਂ ਧਰਨਾ ਦੇ ਦਿਆਂਗੇ। ਪਰ MLA ਦੇ ਕੰਨ 'ਤੇ ਜੂੰ ਤੱਕ ਨਹੀਂ ਰਹਿੰਗੀ, ਜਿਸ ਤੋਂ ਬਾਅਦ ਮੁਲਾਜ਼ਮਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਅਸੀਂ ਧਰਨੇ 'ਤੇ ਬੈਠਾਂਗੇ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ 2 ਦਿਨ ਪਹਿਲਾਂ ਹਨੇਰੀ ਝੱਖੜ ਆਇਆ ਸੀ, ਜਿਸ ਕਰਕੇ ਕਈ ਤਾਰਾਂ ਟੁੱਟ ਗਈਆਂ। ਹੁਣ ਵੀ ਉਹ ਤਾਰਾਂ ਉਂਝ ਹੀ ਟੁੱਟੀਆਂ ਹੋਈਆਂ ਨੇ, ਕਿਉਂਕਿ ਬਿਜਲੀ ਵਿਭਾਗ ਦੇ ਜਿਹੜੇ ਮੁਲਾਜ਼ਮ ਨੇ, ਲੁਧਿਆਣਾ ਖਾਸ ਕਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ, ਉਹ ਧਰਨੇ 'ਤੇ ਬੈਠੇ ਹੋਏ ਨੇ। ਤਾਂ ਦੱਸ ਦਈਏ ਕਿ ਲੁਧਿਆਣਾ ਦੇ ਕਾਕੋਵਾਲ ਰੋਡ ਦੇ ਉੱਤੇ ਬਣੇ ਬਿਜਲੀ ਦਫ਼ਤਰ ਮੁਲਾਜ਼ਮਾਂ ਦੇ ਵੱਲੋਂ ਅਣਮਿੱਥੇ ਸਮੇਂ ਦੇ ਲਈ ਧਰਨਾ ਲਗਾ ਦਿੱਤਾ ਗਿਆ ਹੈ। ਦੱਸ ਦਈਏ ਕਿ ਇਲੈਕਸ਼ਨ ਤੋਂ 1 ਦਿਨ ਪਹਿਲਾਂ ਬਿਜਲੀ ਖਰਾਬ ਨੂੰ ਲੈ ਕੇ ਅੱਜ ਅਧਿਕਾਰੀ ਜਦ ਮੌਕੇ 'ਤੇ ਪਹੁੰਚੇ ਸੀ, ਤਾਂ ਇਸ ਵਿਚਾਲੇ ਸੀਨੀਅਰ ਆਪ ਅਧਿਕਾਰੀਆਂ ਦੇ ਨਾਲ ਉਹਨਾਂ ਦੀ ਕਹਾ ਸੁਣੀ ਹੋ ਗਈ, ਜਿਸ ਦੀਆਂ CCTV ਤਸਵੀਰਾਂ ਵੀ ਸਾਹਮਣੇ ਆਈਆਂ। ਅਤੇ ਹੁਣ MLA ਦੇ ਵੱਲੋਂ ਸਫਾਈ ਵੀ ਦਿੱਤੀ ਗਈ ਹੈ ਕਿ ਅਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਕਦੋਂ ਤੱਕ ਪਰਚਾ ਹੋਵੇਗਾ ਅਤੇ ਇਸ ਮਾਮਲੇ ਦਾ ਹੱਲ ਕਿਵੇਂ ਕੱਢਿਆ ਜਾਵੇਗਾ। ਇਸ ਵਿਚਾਲੇ ਸਾਰੇ ਘਟਨਾਕ੍ਰਮ ਵਿਚਾਲੇ ਪਰੇਸ਼ਾਨ ਕੌਣ ਹੋਇਆ? ਲੁਧਿਆਣੇ ਦੀ ਆਮ ਜਨਤਾ, ਜਿਹੜੇ ਕਈ ਦਿਨਾਂ ਤੋਂ ਬਿਜਲੀ ਤੋਂ ਪਰੇਸ਼ਾਨ ਨੇ, ਬਿਜਲੀ ਨਹੀਂ ਆ ਰਹੀ ਉਹਨਾਂ ਦੇ ਘਰਾਂ ਦੇ ਵਿੱਚ, ਰੋਟੀ ਤੱਕ ਨਹੀਂ ਪੱਕ ਪਾ ਰਹੀ ਹੈ ਕਿਉਂਕਿ ਪਾਣੀ ਨਹੀਂ ਆ ਰਿਹਾ, ਨਾ ਬਿਜਲੀ ਆ ਰਹੀ ਹੈ ਨਾ ਪਾਣੀ ਆ ਰਿਹਾ। ਆਓ MLA ਦਾ ਕੀ ਕਹਿਣਾ ਇਸ ਉੱਪਰ, ਅਤੇ ਬਿਜਲੀ ਮੁਲਾਜ਼ਮ ਜਿਹੜੇ ਧਰਨੇ 'ਤੇ ਬੈਠੇ ਨੇ, ਕੀ ਨੇ ਉਹਨਾਂ ਦੀਆਂ ਮੰਗਾਂ, ਜਾਣ। ਮੇਰਾ ਨਾਮ ਰਾਜੀਵ ਸ਼ਰਮਾ ਆਇਆ ਜੀ, ਮੈਂ ਬਤੌਰ JEE ਸੁੰਦਰਾ ਡਿਵੀਜ਼ਨ 'ਚ ਕੰਮ ਕਰ ਰਿਹਾ ਜੀ। ਅਤੇ ਇਹ ਵਾਕਿਆ ਹੋਇਆ ਜੀ 30-31 ਦੀ ਰਾਤ ਨੂੰ ਜੀ। ਅਤੇ ਮੈਨੂੰ SGO ਸਾਹਿਬ ਦਾ ਫੋਨ ਆਉਂਦਾ ਜੀ ਕਿ ਦਫ਼ਤਰ ਦੇ ਵਿੱਚ ਐਮਰਜੈਂਸੀ ਆ, ਤੁਸੀਂ ਆ ਜਾਓ। ਅਤੇ ਮੈਂ ਰਾਤ ਦੇ ਲਗਭਗ 12 ਵਜੇ ਦਫ਼ਤਰ ਆ ਗਿਆ ਜੀ। ਜੀ ਦਫ਼ਤਰ ਆ ਕੇ ਪਤਾ ਲੱਗਾ ਜੀ ਕੋਈ ਭੋਲਾ ਗਰੇਵਾਲ ਜੀ ਨਾਲ ਕੋਈ ਲਾਈਟ ਦੀ ਦਿੱਕਤ ਸੀਗੀ, ਐਕਸ਼ਨ ਸਾਹਿਬ SDO ਸਾਹਿਬ ਗਲੀ ਨੰਬਰ 7 ਗਗਨਦੀਪ ਕਲੋਨੀ ਵਿੱਚ ਬੈਠੇ ਨੇ, ਭੋਲਾ ਜੀ ਨਾਲ ਮੀਟਿੰਗ ਚੱਲ ਰਹੀ ਹੈ। ਮੈਂ ਵੀ ਉੱਥੇ ਚਲਾ ਗਿਆ ਜੀ, ਅਤੇ ਮੇਰੇ ਜਾਣ ਤੋਂ ਬਾਅਦ ਉੱਥੇ SC ਸਾਹਿਬ ਅਤੇ ਚੀਫ ਸਾਹਿਬ ਆ ਗਏ ਜੀ। ਅਤੇ ਲਗਭਗ 2 ਘੰਟੇ ਜੀ ਮੀਟਿੰਗ ਚੱਲੀ ਉੱਥੇ ਰਾਤ ਦੇ 2:30-3 ਵਜੇ। ਜਦੋਂ ਮੀਟਿੰਗ ਖਤਮ ਹੋਈ ਹੈ ਜੀ, ਭੋਲਾ ਗਰੇਵਾਲ, SC ਸਾਹਿਬ, ਚੀਫ ਸਾਹਿਬ ਮੌਕੇ ਤੋਂ ਚਲੇ ਗਏ। ਜਦੋਂ ਅਸੀਂ ਨਿਕਲੇ, ਮੈਂ SDO ਸਾਹਿਬ, ਸਾਹਿਲ ਸ਼ਰਮਾ ਜੀ ਅਤੇ ਅਮਿਤ ਸੁਪਰਵਾਈਜ਼ਰ ਉੱਥੋਂ ਨਿਕਲਣ ਲੱਗੇ ਜੀ, ਤਾਂ ਉਹਨਾਂ ਦੇ ਜਿਹੜੇ ਵਰਕਰ ਸੀਗੇ, ਲੋਕਲ ਵਰਕਰ ਸੀਗੇ, ਜਸਵਿੰਦਰ ਸੰਧੂ, ਲਖਵਿੰਦਰ ਚੌਧਰੀ, ਦੀਪਕ ਸ਼ਰਮਾ, ਸੁਮਿਤ ਸ਼ਰਮਾ ਅਤੇ ਹੋਰ ਜਿਹੜੇ ਪਾਰਟੀ ਮੈਂਬਰ ਸੀਗੇ, ਉਹਨਾਂ ਵੱਲੋਂ ਸਾਨੂੰ ਘੇਰ ਲਿਆ ਗਿਆ। ਮਾਰਕੁੱਟ ਦੀ ਕੋਸ਼ਿਸ਼, ਗਾਲੀ ਗਲੋਚ ਸ਼ੁਰੂ ਹੋ ਗਈ, ਜਾਨੋਂ ਮਾਰਨ ਦੀਆਂ ਧਮਕੀਆਂ ਸ਼ੁਰੂ ਹੋ ਗਈਆਂ। ਮੈਨੂੰ ਬਾਂਹ ਤੋਂ ਫੜ ਕੇ ਥੱਲੇ ਲਾ ਲਿਆ ਜੀ ਮੋਟਰਸਾਈਕਲ ਤੋਂ, ਜਦਕਿ ਸਾਡੀ ਕੋਈ ਉਹਨਾਂ ਨਾਲ ਲਾਈਟ ਮੌਕੇ 'ਤੇ ਬਹਾਲ ਸੀ, ਸਾਡੀ ਕੋਈ ਉੱਥੇ ਗਲਤੀ ਨਹੀਂ ਸੀ, ਅਸੀਂ ਆਫ ਡਿਊਟੀ ਸੀਗੇ, ਸਾਡੀ ਕੋਈ ਲੈਣਾ ਦੇਣਾ ਨਹੀਂ ਸੀ ਉੱਥੇ। ਹਾਂਜੀ, ਸਾਡੇ ਕੋਲ CCTV ਫੁਟੇਜ ਹੈਗੀ ਜੀ, ਉਹ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ। ਇਹ ਗੱਲ ਸਰ ਮੈਨੂੰ ਵੀ ਸਮਝ ਨਹੀਂ ਆਈ, ਮੇਰੇ ਹਿਸਾਬ ਨਾਲ ਜੀ ਉਹ ਭੋਲਾ ਗਰੇਵਾਲ ਜੀ ਜਿੱਦਾਂ ਐਕਸ਼ਨ ਸਾਹਿਬ ਨੂੰ ਬੋਲੇ, ਉਸ ਬਹਾਵ 'ਚ ਸਾਡੇ ਉੱਤੇ ਵੀ ਪੈ ਗਏ। ਹੁਣ ਮੰਗ ਕੀ ਆ ਕਦੋਂ ਤੱਕ ਜਿਹੜਾ ਤੁਹਾਨੂੰ ਪਤਾ ਚੱਲਦਾ? ਧਰਨਾ ਸਰ ਜਦ ਤੱਕ FIR ਨਹੀਂ ਹੋ ਜਾਂਦੀ ਸੰਬੰਧਿਤ ਬੰਦਿਆਂ ਦੇ ਖਿਲਾਫ਼ ਕਰਾਉਣੀ ਚਾਹੁੰਦੇ, ਜਿਹੜੇ ਉੱਥੇ ਸੰਬੰਧਿਤ ਆਪ ਵਰਕਰ ਸੀਗੇ, ਜਸਵਿੰਦਰ ਸੰਧੂ, ਲਖਵਿੰਦਰ ਚੌਧਰੀ, ਦੀਪਕ ਸ਼ਰਮਾ, ਸੁਮੇਸ਼ਰ।
ਹਾਂਜੀ ਬਾਈ ਜੀ, ਸਭ ਤੋਂ ਪਹਿਲਾਂ ਤੁਹਾਡਾ ਨਾਮ ਜੀ? ਮੇਰਾ ਨਾਮ ਗੁਰਪ੍ਰੀਤ ਸਿੰਘ ਮਹਿਦੂਦਾ, ਮੈਂ ਡਿਵੀਜ਼ਨ ਪ੍ਰਧਾਨ ਹਾਂ ਸੁੰਦਰ ਨਗਰ ਦਾ, PSMB ਬਿਪਲਾਈ ਫੈਡਰੇਸ਼ਨ ਏਟਕ। ਅੱਜ TSU ਅਤੇ ਜੇ ਯੂਨੀਅਨ ਅਤੇ ਹੋਰ ਜਿੰਨੀਆਂ ਵੀ ਯੂਨੀਅਨਾਂ ਨੇ ਸਾਰਿਆਂ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ, ਸਮੂਹਿਕ ਤੌਰ ਦੇ ਉੱਤੇ ਕੰਮ ਛੱਡ ਕੇ ਅਤੇ ਕਲਮ ਛੱਡ ਕੇ ਇੱਕ ਜਿਹੜਾ ਧਰਨਾ ਦਿੱਤਾ ਗਿਆ, ਜਿਸ ਦਾ ਕਾਰਨ ਆ ਜਿਹੜਾ ਉਹ ਸਾਡੇ ਜੋ ਰਾਜੀਵ ਜੇਈ ਨੇ ਅਤੇ ਸਾਹਿਲ ਜੇਈ ਨੇ ਉਹ ਤੁਹਾਨੂੰ ਦੱਸ ਵੀ ਦੇਣਗੇ ਅਤੇ ਬਰੀਫ ਵੀ ਕਰ ਦਿੰਦਾ ਕਿ 30-31 ਦੀ ਰਾਤ ਨੂੰ ਕੋਈ ਲਾਈਟ ਬੰਦ ਹੋਈ ਸੀ ਗਗਨਦੀਪ ਕਲੋਨੀ, ਉੱਥੇ ਜੋ ਇਸ ਹਲਕੇ ਦੇ ਵਿਧਾਇਕ ਨੇ ਦਲਜੀਤ ਸਿੰਘ ਭੋਲਾ ਗਰੇਵਾਲ, ਉਹਨਾਂ ਦੇ ਵੱਲੋਂ ਵੱਡੇ ਜਿਹੜੀ ਅਫਸਰ ਥਾਈ ਆ ਉਹਨਾਂ ਨੂੰ ਬੁਲਾਇਆ ਗਿਆ ਸੀ, ਪਰ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੇ ਸਾਡੇ ਜੇਈ ਸਾਹਿਬਾਨ ਨੇ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਬਦਸਲੂਕੀ ਕੀਤੀ ਗਈ, ਉਹਨਾਂ ਨੂੰ ਗਾਲੀ ਗਲੋਚ ਧਮਕੀਆਂ ਦਿੱਤੀਆਂ ਗਈਆਂ, ਇੱਥੋਂ ਤੱਕ ਕਿ ਉਹਨਾਂ ਜੇ ਉਹ ਨਾ ਉੱਥੋਂ ਨਿਕਲਦੇ ਤਾਂ ਉਹਨਾਂ ਦੇ ਨਾਲ ਕੁੱਟਮਾਰ ਵੀ ਹੋ ਸਕਦੀ ਸੀ, ਪੂਰੀ ਕੁੱਟਮਾਰ ਦੀ ਕੋਸ਼ਿਸ਼ ਵੀ ਕੀਤੀ ਗਈ। ਕੀ ਕਾਰਨ ਕੀ ਸੀ, ਕਿਉਂ ਧਮਕੀ ਦਿੱਤੀ? ਉਹਦਾ ਕਾਰਨ ਦੇਖੋ, ਸਭ ਤੋਂ ਵੱਡੀ ਤਾਂ ਗੱਲ ਆ, ਮੈਂ ਗਰੇਵਾਲ ਸਾਹਿਬ ਭਾਵੇਂ ਕਿ ਮੇਰੇ ਕਾਫੀ ਨਜ਼ਦੀਕ ਨੇ, ਤੁਹਾਨੂੰ ਵੀ ਪਤਾ, ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਹ ਜਿਹੜੇ ਪਿੱਛੇ ਮੁਲਾਜ਼ਮਾਂ ਨੂੰ ਦੇਖ ਰਹੇ ਹੋ, ਇੰਨੇ ਕੇ ਮੁਲਾਜ਼ਮ ਨੇ ਅਤੇ ਇਹ ਲੱਖਾਂ ਖਪਤਕਾਰਾਂ ਨੂੰ ਸੰਤੁਸ਼ਟ ਕਰਦੇ ਨੇ। 8 ਘੰਟਾ ਜਿਹੜਾ ਹੁੰਦਾ ਨਾ ਡਿਊਟੀ ਦਾ, ਉਹ ਇੱਕ ਵੀ ਮੁਲਾਜ਼ਮ 8 ਘੰਟੇ ਦੀ ਡਿਊਟੀ ਨਹੀਂ ਦਿੰਦਾ, 24 ਘੰਟੇ ਤੱਕ ਸਾਰੇ ਮੁਲਾਜ਼ਮ ਡਿਊਟੀ ਦਿੰਦੇ ਨੇ। ਜੇ ਆਪਣੀ ਮੈਂ ਗੱਲ ਕਰਾਂ, ਮੈਂ ਕੱਲ੍ਹ 6 ਵਜੇ ਤੋਂ ਆਇਆ ਹੋਇਆ, ਰਾਤ ਦੇ 10 ਵਜੇ ਮੈਂ ਗਿਆ, ਦੇਖ ਲਓ ਕਿੰਨੇ ਘੰਟੇ ਬਣਦੇ ਆ। ਔਰ ਜਿਨ੍ਹਾਂ ਦੋਏ ਜੇਈ ਸਾਹਿਬਾਨਾਂ ਦੇ ਨਾਲ ਬਦਸਲੂਕੀ ਹੋਈ ਆ, ਉਹ ਦੋ ਹੀ ਉਸ ਏਰੀਏ ਦੇ ਵਿੱਚ ਨਹੀਂ ਸੀਗੇ, ਮਤਲਬ ਉਹਨਾਂ ਦੀ ਡਿਊਟੀ ਨਹੀਂ ਸੀ, ਨਾ ਉਹ ਇਹਨਾਂ ਦਾ ਏਰੀਆ ਸੀ, ਉਹ ਸਾਡੇ ਮਾਨਯੋਗ SDO ਸਾਹਿਬ ਦੇ ਕਹਿਣ ਦੇ ਉੱਤੇ ਉੱਥੇ ਪਹੁੰਚੇ, ਪਰ ਉੱਥੇ ਜਾ ਕੇ ਬੜਾ ਬਦਸਲੂਕੀ ਹੋਈ, ਬਹੁਤ ਜ਼ਿਆਦਾ ਮਦਭਾਗੀ ਗੱਲ ਆ। ਔਰ ਗਰੇਵਾਲ ਸਾਹਿਬ ਨੂੰ ਇੱਕੋ ਹੀ ਗੱਲ ਕਹਿਣਾ ਚਾਹੁੰਦੇ ਹਾਂ, ਬਈ ਜੇਕਰ ਸਾਡੇ ਜੇਈ ਸਾਹਿਬਾਨਾਂ ਦੇ ਵਿੱਚ ਕੋਈ ਗਲਤੀ ਆ ਤਾਂ ਉਹ ਇੱਥੇ ਆ ਜਾਣ, ਜੋ ਇਹਨਾਂ ਨੂੰ ਸਜ਼ਾ ਦੇਣੀ ਆ ਇਹਨਾਂ 'ਤੇ ਪਰਚਾ ਵੀ ਕਰਾਉਣਾ, ਅਸੀਂ ਜੇ ਗਰੇਵਾਲ ਸਾਹਿਬ ਦੇ ਨਾਲ ਖੜ ਜਾਂਗੇ। ਪਰ ਜੇਕਰ ਉਹਨਾਂ ਦੇ ਵਰਕਰਾਂ ਦੇ ਵਿੱਚ ਗਲਤੀ ਆ ਤਾਂ MLA ਸਾਹਿਬ ਸਾਡੇ ਮੁਲਾਜ਼ਮਾਂ ਦੇ ਨਾਲ ਖੜਨ, ਔਰ ਉਹਨਾਂ ਦੇ ਜਿਹੜੇ ਵਰਕਰ ਨੇ ਚਾਹੇ ਉਹਨਾਂ ਤੋਂ ਮਾਫ਼ੀ ਮੰਗਾਉਣ, ਨਹੀਂ ਤਾਂ ਫਿਰ ਅਸੀਂ ਤਾਂ ਜਿੱਦ ਤੇੜੇ ਹੋਏ ਆ ਵੀ ਪਰਚਾ ਨਹੀਂ। ਇੱਥੇ ਨਾ ਜਸਵਿੰਦਰ ਸੰਧੂ ਜਿਹੜੇ ਕਿ ਕੌਂਸਲਰ ਦੇ ਦਾਅਵੇਦਾਰ ਵੀ ਨੇ, ਵੀ ਆਉਣ ਭਵਿੱਖ ਦੇ ਵਿੱਚ ਕੌਂਸਲਰ ਦੀ ਚੋਣ ਵੀ ਲੜਨਾ ਚਾਹੁੰਦੇ ਨੇ, ਇੱਕ ਉਹ ਸੀ ਲਖਵਿੰਦਰ ਸੀ, ਕੁਛ 2-3 ਉਹਨਾਂ ਦੇ ਨਾਲ ਹੋਰ ਸੀ, ਜਿਨ੍ਹਾਂ ਦੀ ਵੀਡੀਓ ਵੀ ਹੈਗੀ ਆ ਜੇਈ ਸਾਹਿਬਾਨ ਦੇ ਕੋਲ, ਤੁਸੀਂ ਲੈ ਵੀ ਸਕਦੇ ਹੋ ਕਿਸ ਪ੍ਰਕਾਰ ਉਹਨਾਂ ਨੂੰ ਘੇਰ ਕੇ ਕਿਸ ਪ੍ਰਕਾਰ ਉਹਨਾਂ ਦੇ ਨਾਲ। ਦੇਖੋ ਜਿਹੜੀ ਇਹ ਗਰਮੀ ਦੇ ਸੀਜ਼ਨ ਦੇ ਵਿੱਚ ਸਾਡੇ ਕੋਲ ਜਿਹੜਾ ਸਟਰਕਚਰ ਆ ਜਿਹੜਾ ਨਾ, ਉਹ ਬਿਜਲੀ ਬੋਰਡ ਦਾ ਬਿਲਕੁਲ ਤੈਸ ਨੈਸ ਆ, ਕਿਉਂਕਿ ਜਦੋਂ ਸਾਜੋ ਸਮਾਨ ਹੀ ਨਹੀਂ ਹੈਗਾ, ਇਹ ਤਾਂ ਪਤਾ ਨਹੀਂ ਕਿਸ ਪ੍ਰਕਾਰ ਜਿਹੜੇ ਮੁਲਾਜ਼ਮ ਨੇ ਚਾਹੇ ਉਹ ਅਫਸਰ ਨੇ, ਕਿਵੇਂ ਨਾ ਕਿਵੇਂ ਸਾਰਾ ਬਿਜਲੀ ਦਾ ਢਾਂਚਾ ਚਲਾਈ ਜਾ ਰਹੇ ਨੇ, ਹੁਣ ਸਾਰੇ ਟਰਾਂਸਫਾਰਮਰ ਓਵਰਲੋਡ ਨੇ, ਜਿਹੜੀਆਂ ਕੇਬਲਸ ਨੇ ਉਹ ਓਵਰਲੋਡ ਨੇ, ਅਤੇ ਕਿੱਥੇ ਕਿੱਥੇ ਜਾ ਕੇ ਬਿਜਲੀ ਮੁਲਾਜ਼ਮਾਂ ਲੋਕ ਜਿਹੜੀ ਇਹ ਸਰਕਾਰ ਦੀ ਇੱਜ਼ਤ ਬਚਾਉਣ। ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਕਿ ਹੋਰ ਦਿੱਕਤਾਂ ਦਾ ਸਾਹਮਣੇ? ਦੇਖੋ ਦਿੱਕਤਾਂ ਦਾ ਨਹੀਂ, ਪਹਿਲਾਂ ਤਾਂ ਕੱਲ੍ਹ ਦੀ ਇੱਕ ਹਨੇਰੀ ਚੱਲੀ ਹੋਈ ਆ, ਰਾਤ ਫਿਰ ਹਨੇਰੀ ਚੱਲੀ ਆ, ਅਤੇ ਲੋਕ ਨੇ ਜਿਹੜੇ ਬੜੇ ਪੀੜਤ ਨੇ ਇਸ 'ਤੇ ਸਿੱਧੇ ਦੋਸ਼ੀ, ਕਿਉਂਕਿ ਸਾਡੇ ਜਿਹੜੇ ਮੁਲਾਜ਼ਮ ਸੀ ਦੋਏ ਜੇਈ ਸਾਹਿਬਾਨ, ਉਹਨਾਂ ਦੇ ਵੱਲੋਂ ਐਕਸੀਅਨ ਸਾਹਿਬ ਸਾਡੇ ਹਾਇਰ ਓਪਰਚੁਨਿਟੀ ਨੇ, ਜਿਨ੍ਹਾਂ ਨੂੰ ਸਾਡਾ ਫਰਜ਼ ਬਣਦਾ ਸੀ ਸ਼ਿਕਾਇਤ ਦੇਣ ਦਾ, ਅਤੇ ਸਾਡੇ ਦੋਵੇਂ ਮੁਲਾਜ਼ਮਾਂ ਨੇ ਉਹਨਾਂ ਨੂੰ ਸ਼ਿਕਾਇਤ ਦਿੱਤੀ ਆ, ਪਰ ਜਦੋਂ ਇੱਕ ਹਫ਼ਤਾ ਬੀਤ ਤੋਂ ਬਾਅਦ ਵੀ ਜਦੋਂ ਕਾਰਵਾਈ ਨਹੀਂ ਹੋਈ, ਅਤੇ ਅਖੀਰ ਦੇ ਵਿੱਚ ਧਰਨੇ 'ਤੇ ਬੈਠਣਾ ਪਿਆ। ਇੱਥੇ ਕਿਤੇ ਨਾ ਕਿਤੇ ਅਫਸਰਸ਼ਾਹੀ ਦੇ ਵੀ ਜ਼ਿੰਮੇਵਾਰਾਂ ਵਧਾਇਕ ਦੇ ਨਾਲ, ਦੇਖੋ ਕੰਮ ਨਹੀਂ ਬੰਦ ਹੈਗਾ, ਟੋਟਲ ਕੰਮ ਬੰਦ ਆ, ਚਾਹੇ ਉਹ ਕਲਮ ਸੀ, ਚਾਹੇ ਉਹ ਪੈੱਨ ਸੀਗਾ, ਚਾਹੇ ਉਹ ਟੂਲ ਸੀਗਾ, ਚਾਹੇ ਉਹ ਪੇਚਕਸ ਪਲਾਸ ਸੀਗਾ, ਸਾਰਾ ਕੁਛ ਬੰਦ ਕਰਕੇ ਜਿੰਨੇ ਵੀ ਅਫਸਰ ਸਾਈ ਆ ਇਹ ਮੁਲਾਜ਼ਮ ਇੱਥੇ ਨੇ। ਦੇਖੋ ਜਿਹੜੀ ਚੱਲ ਰਹੀ ਆ ਉਹ ਇਸ ਵਕਤ ਚੱਲ ਰਹੀ ਆ, ਜਿਹੜੀ ਬੰਦ ਹੋ ਗਈ ਉਹ ਬੰਦ ਆ, ਅਤੇ ਉਹ ਨਾ ਚੱਲਣੀ ਆ ਜਦੋਂ ਤੱਕ ਇਸ ਮਸਲੇ ਦਾ ਹੱਲ ਆ। ਦੇਖੋ ਨਹੀਂ ਹਲਾਉਂਦਾ ਫਿਰ ਤਾਂ ਲੰਮਾ ਚੱਲੇਗਾ, ਅੱਜ ਡਿਵੀਜ਼ਨ ਪੱਧਰ 'ਤੇ ਆ, ਕੱਲ੍ਹ ਇਹ ਸਰਕਲ ਪੱਧਰ 'ਤੇ ਪਹੁੰਚੂ, ਕੱਲ੍ਹ ਪੰਜਾਬ ਪੱਧਰ 'ਤੇ ਪਹੁੰਚੂਗਾ। ਪਰ ਲੱਗਦਾ ਨਹੀਂ ਆਮ ਲੋਕਾਂ ਦੀ ਇਹਦੇ ਨਾਲ ਦਿੱਕਤ ਆਈ? ਦੇਖੋ ਆਮ ਲੋਕਾਂ ਦੀ ਤਕਲੀਫ ਆ ਜਿਹੜੀ, ਆਮ ਲੋਕ ਸਾਡੀ ਤਕਲੀਫ ਨੂੰ ਸਮਝਣ, ਔਰ ਅੱਜ ਉਹ ਦਰੀਆਂ 'ਤੇ ਸਾਡੇ ਨਾਲ ਕੇ ਬੈਠਣ,
ਕਿਉਂਕਿ ਅਸੀਂ ਉਹਨਾਂ ਦੇ ਲਈ 24-24 ਘੰਟੇ ਡਿਊਟੀ ਦਿੰਦੇ ਹਾਂ ਅਤੇ ਅੱਜ ਜਿਵੇਂ ਮੀਡੀਆ ਵੀ ਸਾਡੇ ਨਾਲ ਖੜ੍ਹਾ, ਇੱਦਾਂ ਲੋਕ ਵੀ ਆ ਕੇ ਖੜ੍ਹਨ, ਕਿਉਂਕਿ ਆਮ ਲੋਕ ਇੱਕ ਹਫ਼ਤਾ ਥੋੜ੍ਹਾ ਨਹੀਂ ਹੁੰਦਾ, ਇੱਕ ਹਫ਼ਤਾ ਦਿੱਤਾ ਸੀ। ਮਹਿਰੂਦਾ ਸਾਹਿਬ, ਤੁਸੀਂ ਵਿਧਾਇਕ ਖਿਲਾਫ਼ ਕਿਉਂ ਮੋਰਚਾ ਖੋਲ੍ਹਿਆ? ਜੇ ਗਲਤੀ ਦੇਖੋ, ਇਹ ਵਿਧਾਇਕ ਖਿਲਾਫ਼ ਨਹੀਂ ਹੈਗਾ, ਇਹ ਵਿਧਾਇਕ ਦੇ ਜਿਹੜੇ ਗੁੰਡਾ ਤੰਤਰ ਜਿਹਨਾਂ ਨੂੰ ਅਸੀਂ ਕਹਿ ਦਿੱਤਾ ਗੁੰਡਾਗਰਦੀ ਕੀਤੀ ਆ, ਉਹਨਾਂ ਦੇ ਉਸ ਤੰਤਰ ਦੇ ਖਿਲਾਫ਼ ਆ। ਫਿਰ ਉਹ ਵਿਧਾਇਕ ਹੋਵੇ ਚਾਹੇ ਐਮ ਪੀ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ, ਮੁਲਾਜ਼ਮਾਂ ਦਾ ਜਿਹੜਾ ਰੋਸ ਆ ਇਸੇ ਪ੍ਰਕਾਰ ਇਹ ਮੋਰਚੇ ਦੇ ਰੂਪ ਸਿੱਧਾ ਸਿੱਧਾ ਵੀ ਅਜੇ ਵੀ ਟਾਈਮ ਹੈਗਾ ਆ ਕੇ ਉਹ ਜਿਵੇਂ ਅਸੀਂ ਕਹਿ ਰਹੇ ਹਾਂ ਵੀ ਜੇ ਸਾਡੇ ਜੇਈ ਸਾਹਿਬਾਨ ਦੇ ਵਿੱਚ ਗਲਤੀ ਆ ਤਾਂ ਗਲਤੀ ਕੱਢਣਾ ਸੀ ਇਹਨਾਂ ਦੇ, ਇਹਨਾਂ ਦੇ ਉੱਤੇ ਪਰਚਾ ਕਰਾ ਦਾਂਗੇ, ਇਹਨਾਂ ਦੇ ਨਾਲ ਰਲ ਕੇ ਕਰਾ ਦਾਂਗੇ ਪੈਗ ਨੇ, ਪਰ ਹੁਣ ਮਾਫ਼ੀ ਮੰਗ ਲੈਣ ਜਾਂ ਫਿਰ ਪੁਲਿਸ ਕੰਪਲੇਂਟ। ਦੇਖੋ ਜੀ, ਸਾਡੇ ਐਕਸ ਐਨ ਸਾਹਿਬ ਨੂੰ ਅਸੀਂ ਜਿਹੜੀ ਇੱਕ ਹਫ਼ਤਾ ਪਹਿਲਾਂ ਸਾਡੇ ਜੇਈ ਸਾਹਿਬਾਨ ਨੇ ਦਿੱਤੀ, ਅੱਜ ਉਹਨਾਂ ਨੇ ਥਾਣੇ ਦੇ ਵਿੱਚ ਭੇਜ ਦਿੱਤੀ ਆ ਐਫ ਆਈ ਆਰ ਵਾਸਤੇ। ਐਮ ਐਲ ਏ ਸਾਹਿਬ, ਬਿਜਲੀ ਮੁਲਾਜ਼ਮ ਧਰਨੇ 'ਤੇ ਬੈਠੇ ਨੇ, ਕਈ ਜਗ੍ਹਾ ਦੀ ਲਾਈਟ ਬੰਦ ਆ, ਕਿਤੇ ਨਾ ਕਿਤੇ ਲੋਕ ਪਰੇਸ਼ਾਨ ਨੇ, ਤਾਂ ਆਪ ਵਰਕਰਾਂ 'ਤੇ ਆਰੋਪ ਲੱਗ ਰਹੇ ਨੇ ਕਿ ਉਹਨਾਂ ਨੇ ਬਦਤਮੀਜ਼ੀ ਕੀਤੀ, ਕੁੱਟਮਾਰ ਕੀਤੀ? ਕੋਈ ਐਸੀ ਬਦਤਮੀਜ਼ੀ ਨਹੀਂ ਕੀਤੀ, ਵੋਟਾਂ ਤੋਂ 2 ਦਿਨ ਦੀ ਪਹਿਲਾਂ ਦੀ ਗੱਲ ਆ। ਰਾਤ ਨੂੰ ਮੈਂ 2:30 ਵਜੇ ਮੈਂ ਪਹੁੰਚਿਆ, ਸਾਰੇ ਅਫਸਰ ਸਾਹਿਬਾਨ ਉੱਥੇ ਪਹੁੰਚੇ ਨੇ, ਚੀਫ ਸਾਹਿਬਾਨ, ਐਕਸੀ, ਐਕਸੀਅਨ ਸਾਰੇ ਸਾਰੇ ਉੱਥੇ ਜੇਈ ਬੁਲਾਏ ਗਏ ਨੇ, ਔਰ ਲੋਕ ਦੱਸਦੇ ਸੀ ਉੱਥੇ ਵੀ ਇਹ ਤੰਗ ਪਰੇਸ਼ਾਨ ਕਰਦੇ ਨੇ, ਜਾਣ ਬੁੱਝ ਕੇ ਲਾਈਟ ਬੰਦ ਕਰਦੇ ਨੇ। ਔਰ ਉਹਨਾਂ ਨੂੰ ਪੁੱਛਿਆ ਗਿਆ, ਉਹਨਾਂ ਨੂੰ ਸਮਝਾਇਆ ਗਿਆ ਭਾਈ ਇਹ ਕੰਮ ਨਾ ਕਰੋ, ਔਰ ਲੋਕਾਂ ਨੇ ਮਤਲਬ ਉੱਥੇ ਇਹੀ ਰੋਪ ਲਾਏ ਵੀ ਪੈਸੇ ਤੋਂ ਬਗੈਰ ਜੇ ਭਲਕੇ ਕੁਝ ਫਿਊਜ਼ ਹੀ ਲਾਉਣਾ ਤਾਂ ਵੀ ਪੈਸੇ ਮੰਗਦੇ ਨੇ। ਔਰ ਅੱਜ ਉੱਥੋਂ ਉਸ ਦਿਨ ਮਤਲਬ 2 ਦਿਨ ਪਹਿਲਾਂ ਜੋ ਗੱਲ ਹੋਈ ਸਾਰੀ ਨਿਬੜ ਗਈ ਭਾਈ ਇਸ ਤਰ੍ਹਾਂ ਨਾ ਕਰਨਾ, ਅਤੇ ਅੱਜ ਆਪਣੀ ਚੋਰੀ ਛਪਾਉਣ ਦੇ ਬਾਰੇ ਅਤੇ ਅੱਜ ਇਹ ਕੁਝ ਕਰਨੇ ਆ ਜਿਹੜਾ ਧਰਨਾ ਲਾਇਆ ਹੋਇਆ ਸਿਰਫ ਚੋਰੀ ਛਪਾਉਣ ਦੇ ਬਾਰੇ ਕੀਤਾ ਤਾ। ਔਰ ਮੈਂ ਇਹਨਾਂ ਨੂੰ ਇਹ ਬੇਨਤੀ ਕੀਤੀ ਜਿਹੜੇ ਅਫਸਰ ਸਾਹਿਬਾਨਾਂ ਨੂੰ, ਮੈਂ ਕਿਹਾ ਵੀ ਜਿਹੜੇ ਇਹ ਕਹਿੰਦੇ ਇਲਜ਼ਾਮ ਲਾ ਰਹੇ ਨੇ ਉਹ ਵੀ ਗੁਰਦੁਆਰਾ ਚੜ੍ਹਨ ਨੂੰ ਤਿਆਰ ਨੇ, ਮੰਦਰ ਚੜ੍ਹਨ ਨੂੰ ਤਿਆਰ, ਇਹ ਵੀ ਚੜ੍ਹ ਜਾਣ, ਔਰ ਇਹ ਵੀ ਨਾਲ ਇਹ ਮੰਦਰ ਗੁਰਦੁਆਰੇ ਚੜ੍ਹ ਕੇ ਦੱਸਣ ਵੀ ਪੈਸੇ ਤੋਂ ਬਗੈਰ ਕਦੇ ਕੋਈ ਕੰਮ ਕੀਤਾ, ਉਹ ਵੀ ਜਾ ਕੇ ਦੱਸਣ ਨਾਲ। ਕਿਤੇ ਨਾ ਕਿਤੇ ਉਹਨਾਂ ਨੇ ਸਿੱਧੇ ਤੌਰ 'ਤੇ ਜਿਹੜੇ ਇਲਜ਼ਾਮ ਲਗਾਏ ਨੇ, ਲੱਗਦਾ ਕਿ ਤੁਹਾਡੀ ਸਰਕਾਰ ਹੈ ਜ਼ੀਰੋ ਟੋਲਰੈਂਸ ਦੀ ਗੱਲ ਕਰਦੀ ਸੀ, ਪਰ ਉਹੀ ਤੁਹਾਨੂੰ ਦੱਸਣਾ ਚਾਹੁੰਦਾ ਵੀ ਉਲਟਾ ਚੋਰ ਕੋਤਵਾਲ ਕੋ ਡਾਂਟੇ, ਹੁਣ ਉਹਨੂੰ ਪਤਾ ਲੱਗ ਗਿਆ ਵੀ ਜਿਹੜੀ ਸਾਡੀਆਂ ਚੋਰੀਆਂ ਫੜੀਆਂ ਗਈਆਂ ਨੇ ਅਤੇ ਉਲਟਾ ਜਾਣ ਬੁੱਝ ਕੇ ਧਰਨਾ ਲਾ ਕੇ ਉਹ ਚੋਰੀ ਛਪਾਉਣ ਦੀ ਗੱਲ ਕਰਦੇ ਨੇ, ਅਤੇ ਉਹ ਚੋਰੀ ਛਪਣੀ ਨਹੀਂ, ਆਮ ਆਦਮੀ ਪਾਰਟੀ ਸਰਕਾਰ ਆ, ਲੋਕਾਂ ਨੇ ਮਿਲ ਕੇ ਕਰਪਸ਼ਨ ਦੇ ਖਿਲਾਫ ਵੋਟ ਪਾਈ ਸੀ, ਪਰ ਇਹਨਾਂ ਨੇ ਕਰਪਸ਼ਨ ਬੰਦ ਨਹੀਂ ਕੀਤੀ ਹੈਗੀ। ਉਹ ਅੱਜ ਉਹ ਕਰਪਸ਼ਨ ਕਰ ਰਹੇ, ਉਹ ਕਰਪਸ਼ਨ ਦੀ ਜਿਹੜੀ ਚੋਰੀ ਹੈ ਉਲਟਾ ਚੋਰ ਕੋਰ ਤੋਂ ਡਾਂਟੇ ਵਾਲਾ ਕੰਮ ਕਹਿੰਦੇ ਆ ਵੀ ਉਹ ਉਸ ਕਰਕੇ ਅੱਜ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਸਾਡੀਆਂ ਚੋਰੀਆਂ ਫੜੀਆਂ ਗਈਆਂ ਅਤੇ ਸਾਡੇ ਕਾਰਵਾਈ ਹੋਊਗੀ, ਇਸ ਕਰਕੇ ਧਰਨਾ ਲਾਉਣ ਦੀ ਕੋਸ਼ਿਸ਼ ਕਰਕੇ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ। ਕਈ ਏਰੀਏ ਦੇ ਵਿੱਚ ਲਾਈਟ ਬੰਦ ਆ, ਉਹ ਕਹਿੰਦੇ ਸਾਡੇ ਵੱਲੋਂ ਕਲਮ ਤੋੜ ਹੜਤਾਲ ਆ। ਕੋਈ ਗੱਲ ਨਹੀਂ, ਲਾਈਟ ਬੰਦ ਆ ਅਤੇ ਕੋਈ ਗੱਲ ਨਹੀਂ, ਸਰਕਾਰ ਆ, ਸਰਕਾਰ ਦਾ ਕੰਮ ਆ ਡਿਊਟੀ ਦੇਣਾ ਅਤੇ ਉਹ ਦੇਣਗੇ, ਕੋਈ ਗੱਲ ਨਹੀਂ, ਸਰਕਾਰ ਕਰੂਗੀ ਕੰਮ। ਵਿਰੋਧੀ ਵੀ ਸਵਾਲ ਚੁੱਕ ਰਹੇ ਨੇ, ਵਿਰੋਧੀਆਂ ਦਾ ਕੰਮ ਸਵਾਲ ਚੁੱਕਣਾ ਹੁੰਦਾ? ਵਿਰੋਧੀਆਂ ਦਾ ਕੰਮ ਕਦੇ ਵੀ, ਵਿਰੋਧੀਆਂ ਨੇ ਕਦੇ ਕਿਹਾ ਵੀ ਜੇ ਚੰਗਾ ਚੰਗੇ ਨੂੰ ਕਦੇ ਮਾੜਾ ਚੰਗਾ ਕਿਹਾ ਕਦੇ? ਅੱਜ ਵਿਰੋਧੀਆਂ ਦਾ ਕੰਮ ਸਿਰਫ ਹੁੰਦਾ ਅੱਗ ਲਾਉਣਾ, ਅਤੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਲੋਕਾਂ ਦੀ ਵੀ ਤਕਲੀਫ ਨਹੀਂ ਪਤਾ, ਸਿਰਫ ਉਹਨਾਂ ਨੂੰ ਆਪਣੀਆਂ ਰੋਟੀਆਂ ਸੇਕਣ ਦੀ ਗੱਲ ਹੁੰਦੀ ਆ, ਉਹ ਰੋਟੀਆਂ ਸੇਕਣ। ਮੁਲਾਜ਼ਮ ਇਹ ਵੀ ਕਹਿ ਰਹੇ ਨੇ ਜੀ ਕਿ ਸਾਨੂੰ ਚੰਗੇ ਇਕਿਊਪਮੈਂਟਸ ਨਹੀਂ ਦਿੱਤੇ ਜਾ ਰਹੇ, ਲੋਡ ਵੱਧ ਹੈਗਾ ਅਤੇ ਸਾਨੂੰ ਕਿਤੇ ਨਾ ਕਿਤੇ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ, ਸਾਡੇ 'ਤੇ ਦਬਾਅ ਪਾਇਆ ਜਾ ਰਿਹਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਉਹ ਦਬਾਅ ਅੱਜ ਹੀ ਪਿਆ ਵਾ, ਜਦੋਂ ਹੁਣ ਪਤਾ ਲੱਗ ਗਿਆ ਵੀ ਸਾਡੀਆਂ ਵੀ ਚੋਰੀਆਂ ਫੜੀਆਂ ਗਈਆਂ, ਇਸ ਕਰਕੇ ਉਹ ਚੋਰੀ ਛਪਾਉਣ ਦੇ ਬਾਰੇ ਇਹ ਕੁਛ ਕਰ ਰਹੇ ਨੇ। ਹੁਣ ਤੁਹਾਡੇ ਵੱਲੋਂ ਕਿਸ ਤਰੀਕੇ ਦਾ ਐਕਸ਼ਨ ਹੋਊਗਾ? ਬਿਲਕੁਲ ਬਿਲਕੁਲ, ਮੈਂ ਬਿਲਕੁਲ ਐਕਸ਼ਨ ਜੋ ਜਿਹਦਾ ਵੀ ਜਿਹਦੇ ਜੇ ਸਾਡੇ ਬੰਦੇ ਨੇ ਕਿਸੇ ਨੇ ਕੋਈ ਰਾਬ ਕੀਤਾ ਵਾ ਉਹਦੇ ਖਿਲਾਫ਼ ਵੀ ਐਕਸ਼ਨ ਹੋਊਗਾ, ਅਤੇ ਜਿਹੜੇ ਮਤਲਬ ਕਿ ਜਿਹੜੇ ਇਹ ਮਤਲਬ ਕਿ ਮੁਲਾਜ਼ਮ ਨੇ ਜਿਨ੍ਹਾਂ ਨੇ ਉਹਨਾਂ ਨੇ ਗਲਤ ਕੀਤਾ ਉਹਨਾਂ ਦੇ ਖਿਲਾਫ਼ ਵੀ ਐਕਸ਼ਨ ਹੋਊਗਾ। ਸਰਕਾਰ ਵੱਲੋਂ ਬਰਾਬਰ ਨੇ ਸਾਰੇ, ਸਾਰੇ ਬਰਾਬਰ ਨੇ ਸਰਕਾਰ ਵੱਲੋਂ।